ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਸਿਆ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 08787619625 ਤੁਹਾਡੇ ਕੋਲੇ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕਿ ਟਰੈਕਟਰ ਹਾਲ ਤੱਬੀਆਂ ਸੁਹਾਗਾ ਜ਼ਮੀਨ ਪਲਾਟ ਰੋਟਾਵੇਟਰ ਕੰਬਾਈਨ ਵਗੈਰਾ ਤੋੜੀ ਵਾਲਾ ਰੀਪਰ ਕਿਸੇ ਵੀ ਸਾਈਜ਼ ਦਾ ਟਰਾਲਾ ਜਾਂ ਟਰਾਲੀ ਸੇਲ ਵਾਸਤੇ ਹੈ ਉਸ ਦੀ ਐਡ ਮੈਨੂੰ ਆਪਣੇ ਚੈਨਲ ਟਰੈਕਟਰ ਹਜ਼ਾਰ ਤੇ ਕਰਵਾਉਣਾ ਚਾਹੁੰਦੇ ਹਾਂ ਉਸ ਦੀਆਂ 5 ਤੋਂ 6 ਫੋਟੋਆਂ 5 ਤੋਂ 6 ਫੋਟੋਆਂ ਲਾਜ਼ਮੀ ਨੇ ਮੈਨੂੰ ਬਾਕੀ ਬਣਦੀ ਜਾਣਕਾਰੀ ਜਿਵੇਂ ਕਿ ਮਾਡਲ ਟਾਇਰਾਂ ਦੀ ਕੰਡੀਸ਼ਨ ਏਰੀਆ ਰੇਟ ਮੋਬਾਈਲ ਨੰਬਰ ਇਹ ਸਾਰੀ ਜਾਣਕਾਰੀ ਪੇਚ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਬਾਕੀ ਜੋ ਵੀ ਸਾਧਨ ਦਾ ਰੇਟ ਭੇਜੋ ਕੋ ਸਹੀ ਮਾਰਕੀਟ ਵੈਲਿਊ ਹਸਾਨ ਨਾਲ ਭੇਜਿਆ ਕਰੋ ਤਾਂ ਕਿ ਤੁਹਾਡਾ ਜੋ ਵੀ ਸਾਧਨ ਆਸਾਨੀ ਦੇ ਨਾਲ ਸੇਲ ਹੋ ਜਾਏ ਜੋ ਜੀਤेंद्र ਸਿੰਘ ਐਡ ਦੇ ਵਿੱਚ ਰੇਟ ਦਿਖਾਵਾਂਗੇ ਕਿਸੇ ਵੀ ਚੀਜ਼ ਦਾ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੇਟ ਜੋ ਮੌਕੇ ਤੇ ਘੱਟ ਕੀਤਾ ਜਾਂਦਾ ਹੈ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਸੁਵਰਾਜ 855 ਐਫੀ ਬਾਰੇ ਸੁਵਰਾਜ 855 ਟਰੈਕਟਰ ਸੇਲ ਵਾਸਤੇ ਜੀ 2009 ਮਾਡਲ 2009 ਮਾਡਲ ਹੈ ਜੀ ਸਾਫ਼ ਕੰਡੀਸ਼ਨ ਦੇ ਵਿੱਚ ਹੈ ਬਿਲਕੁਲ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਦੀ ਜੇਕਰ ਗੱਲ ਕਰੀਏ ਚਾਰੋ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਚਾਰੋ ਟਾਇਰ ਨਿਊ ਕੰਡੀਸ਼ਨ ਚ ਨੇ ਅਗਲੇ ਟਾਇਰਾਂ ਨੂੰ ਮਗਰਾਟ ਲੱਗੇ ਹੋਏ ਨੇ ਪੰਪ ਦੀ ਟਰੈਕਟਰ ਦੇ ਵੀਰੋ ਪੰਪ ਦੀ ਮੋਡੀਫਿਕੇਸ਼ਨ ਵਗੈਰਾ ਜ਼ਰੂਰ ਕਰਵਾਈ ਹੋਈ ਹੈ ਵੀਰਾਂ ਨੇ ਬਾਕੀ ਟੋਟਲੀ ਸਾਰਾ ਟਰੈਕਟਰ オリジナル ਹੈ ਡੀਜ਼ਲ ਪੰਪ ਦੀ ਹੋਈ ਹੈ ਮੋਡੀਫਿਕੇਸ਼ਨ ਪਟਿਆਲੇ ਤੋਂ ਕਰਵਾਈ ਹੋਈ ਹੈ ਡੀਜ਼ਲ ਦੀ ਖਾਫਤਾ ਜੋ ਘਟਵਾਈ ਹੋਈ ਹੈ ਟਰੈਕਟਰ ਦੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਜੀ ਬਾਕੀ ਇੰਜਨ ਦੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ ਪੂਰਾ ਸਾਫ਼ ਕੰਡੀਸ਼ਨ ਚ ਹੈ ਰੰਗ ਪੇਂਟ ਦੀ ਫੋਟੋ ਮਾਂ ਚੈੱਕ ਕਰ ਸਕਦੇ ਹੋ ਮਗਰਟਾ ਦੀ ਕੰਡੀਸ਼ਨ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਜੀ ਡਾਕੂਮੈਂਟਸ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਬਾਡੀ ਚ ਅਸੀਂ ਲਿੰਕ ਦਾ ਬਿਲਕੁਲ ਓਕੇ ਸਾਫ਼ ਸੁਥਰਾ ਟਰੈਕਟਰ ਹੈ ਬਿਲਕੁਲ ਸਮਾਈ ਦੇ ਵਿੱਚ ਹੈ ਸਾਫ਼ ਟਰੈਕਟਰ ਹੈ ਜੀ ਕੀਮਤ ਦੀ ਗੱਲ ਕਰੀਏ ਟਰੈਕਟਰ ਦੀ 375000 ਰੁਪਿਆ ਬਿਨਾਂ ਵੱਲੋਂ ਡਿਮਾਂਡ ਰੱਖੀ ਹੈ ਟਰੈਕਟਰ ਦੀ ਬਾਕੀ ਵੀ ਮੌਕੇ ਤੇ ਘੱਟ ਕਰ ਲੈਣਗੇ 375000 ਰੁਪਿਆ ਵਿਰਾਂ ਦਾ ਏਰੀਆ ਜੋ ਮਾਨਸਾ ਏਰੀਆ ਵੀਰਾਂ ਦਾ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਤੁਹਾਨੂੰ ਓਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਮੇਰੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਤੋਂ ਬਾਕੀ ਜਾਣਕਾਰੀ ਮੇਰਾ ਵੀਰ ਲੈ ਸਕਦਾ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਅਰਜਨ ਨੋਬੋ 605 ਬਾਰੇ ਅਰਜਨ ਨੋਬੋ 605 ਟਰੈਕਟਰ ਸੇਲ ਵਾਸਤੇ ਹੈ ਜੀ 2014 ਮਾਡਲ 2014 ਮਾਡਲ ਹੈ ਜੀ ਕੰਡੀਸ਼ਨ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਾਲ ਦੇ ਟਾਇਰ ਨੇ ਟਰੈਕਟਰ ਦੇ 75% ਟਾਇਰ ਨੇ ਜੀ ਨਾਲ ਦੇ ਟਾਇਰ ਯੋ ਕੰਪਨੀ ਫਿਟਡ ਆਏ ਨੇ ਟੌਪ ਮਾਡਲ ਟਰੈਕਟਰ ਹੈ ਜੀ ਹਰ ਇੱਕ ਪ੍ਰਕਾਰ ਦੇ ਫੀਚਰਸ ਵਗੈਰਾ ਨੇ ਫਾਈਬਰ ਵਾਲੀ ਛਤਰੀ ਲੱਗੀ ਆ ਅਗਲੇ ਟਾਇਰਾਂ ਨੂੰ ਮਗਰਟ ਲੱਗੇ ਹੋਏ ਨੇ ਪਾਵਰ ਸਟੀering ਡਬਲ ਕਲੱਚ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ 3 ਸਪੀਡ ਦੇ ਵਿੱਚ ਟਰੈਕਟਰ ਹੈ ਜੀ ਬ੍ਰੇਕ ਪੈਡਲ ਕਲਚ ਪੈਡਲ ਉੱਪਰੋਂ ਇੰਜਨ ਵਾਲੀ ਸਾਈਡੋਂ ਆਉਂਦੇ ਨੇ ਸਟੀਅਰਿੰਗ ਐਡਜਸਟੇਬਲ ਹੈ ਜੀ ਅਗਲੇ ਟਾਇਰ ਨੂੰ ਮਗਰਾੜ ਲੱਗਿਆ ਫਾਈਬਰ ਛਤਰੀ ਲੱਗੀ ਹੈ ਸਾਫ ਸਮਭਾਈ ਦੇ ਵਿੱਚ ਹੈ ਪੂਰਾ ਸੋਹਣਾ ਸਾਫ ਕੰਡੀਸ਼ਨ ਚ ਹੈ 3 ਸਪੀਡ ਡਬਲ ਡਿਸਟ੍ਰਿਬਿਊਟਰ ਟਰੈਕਟਰ ਟੌਪ ਮਾਡਲ ਹੈ ਜੀ ਪੇਪਰ ਵਗੈਰਾ ਸਾਰੇ ਮੌਕੇ ਦੇ ਕੰਪਲੀਟ ਮਿਲ ਜਾਣਗੇ ਨਾਲ ਦੇ ਟਾਇਰ 75% ਨੇ ਟਰੈਕਟਰ ਦੇ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੌਕੇ ਦੇ ਫੁੱਲ ਸੰਤੁਸ਼ਟੀ ਕਰਕੇ ਚੈਕਿੰਗ ਕਰਕੇ ਖਰੀਦ ਸਕਦੇ ਹੋ ਕੀਮਤੀ ਜੇਕਰ ਆਪਾਂ ਗੱਲ ਕਰੀਏ ਵੀਰਾਂ ਵੱਲੋਂ ਕੀਮਤ ਰੱਖੀ ਗਈ ਹੈ 5,70,000 ਰੁਪਇਆ ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਜੀ ਵੀਰਾਂ ਦਾ ਏਰੀਆ ਜੋ ਮੋਗਾ ਏਰੀਆ ਹੈ ਵੀਰਾਂ ਦਾ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਤੁਹਾਨੂੰ نوٹ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜੋ ਵੀ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਵਿੱਚ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਨੂੰ ਚਲ ਜਦੋਂ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਬਾਤੋ ਬਾਤ ਵੀਰ ਆਪਣੇ ਚੈਨਲ ਟ੍ਰੈਕਟਰ ਯਾਰ ਦੇ ਨਾਲ ਜੁੜ ਸਕਣ ਤੇ ਨਵੀਆਂ ਚੀਜ਼ਾਂ ਤੁਹਾਡੇ ਲਈ ਬਾਤੋ ਬਾਤ ਹਰ ਇੱਕ ਪ੍ਰਕਾਰ ਦੀ ਜੀ ਐਡ ਲੈ ਕੇ ਆ ਸਕੀਏ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੀ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਜ਼ਰੂਰ ਕਰਦਿਆ ਕਰੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਫੋਰਡ 3600 ਟਰੈਕਟਰ ਸੇਲ ਵਾਸਤੇ ਹੈ 1993 ਮਾਡਲ 1993 ਮਾਡਲ ਟਰੈਕਟਰ ਹੈ ਜੀ ਫੋਰਡ 3600 ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 60% ਟਾਇਰ ਨੇ ਟਰੈਕਟਰ ਦੇ ਜੀ ਫਰੰਟ ਵਾਲੇ ਟਾਇਰ ਅਗਲੇ ਟਾਇਰ 60% ਨੇ ਮਾਗਲੇ ਟਾਇਰ 40% ਨੇ ਸਾਫ ਵਧੀਆ ਬੇਦਗ ਟਾਇਰ ਨੇ ਜੀ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਵਿਰਾ ਵੱਲੋਂ ਫੋਲੋ ਗਾਰੰਟੀ ਹੈ ਬਾਕੀ ਮੌਕੇ ਤੇ ਖਰੀਦਣ ਸਮੇਂ ਚਾਗ ਚਲਾ ਕੇ ਚੈੱਕ ਕਰਕੇ ਵਾਕੇ ਦੇਖ ਸਕਦੇ ਹੋ ਜੀ ਵਿਰਾ ਵੱਲੋਂ ਫੋਲੋ ਗਾਰੰਟੀ ਦਿੱਤੀ ਗਈ ਆ ਪੰਜਾਬ ਨੰਬਰ ਹੈ ਜੀ ਡਾਕੂਮੈਂਟਸ ਵਗੈਰਾ ਕੰਪਲੀਟ ਮਿਲ ਜਾਣਗੇ ਰੰਗ ਪੇਂਟ ਨਾਲ ਦਾ ਟਰੈਕਟਰ ਦਾ ਮੌਕੇ ਤੇ ਰੰਗ ਪੇਂਟ ਦੀ ਕੰਡੀਸ਼ਨ ਦੇਖ ਸਕਦੇ ਹੋ ਵੈਸੇ ਰੰਗ ਪੇਂਟ ਵਿਰਾ ਦੇ ਅਨੁਸਾਰ ਨਾਲ ਦਾ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਏਰੀਏ ਦੇ ਵਿੱਚ ਇਹ ਟਰੈਕਟਰ ਖੜਾ ਹੈ ਵਿਰਾ ਕੋਲੇ ਬਾਕੀ ਰੰਗ ਪੇਂਟ ਸਾਹ ਓਕੇ ਇੰਜਨ ਵਗੈਰਾ ਦੀ ਕੰਡੀਸ਼ਨ ਸਕਰੀਨ ਤੇ ਸ਼ੋ ਹੋ ਰਹੀ ਹੈ ਫੋਟੋ ਮੈਂ ਇੰਜਨ ਦੀਆਂ ਕੰਡੀਸ਼ਨ ਸਾਰੇ ਚੈੱਕ ਕਰ ਸਕਦੇ ਹੋ ਪੰਪ ਵਗੈਰਾ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਸਿੰਪਲ ਟਰੈਕਟਰ ਹੈ ਜੀ ਕੋਈ ਮੋਡੀਫਾਈ ਨਹੀਂ ਹੋਇਆ ਟਰੈਕਟਰ ਸਿੰਪਲ ਹੈ ਔਰ ਰੰਗ ਪੇਂਟ ਨਾਲ ਦਾ ਪੰਜਾਬ ਨੰਬਰ ਹੈ ਕੀਮਤ ਦੀ ਜੇਕਰ ਆਪਾਂ ਗੱਲ ਕਰੀਏ ਬਰਾਬਰੋਂ ਕੀਮਤ ਰੱਖੀ ਗਈ ਹੈ ਟਰੈਕਟਰ ਦੀ 1,35,000 ਰੁਪਇਆ ਬਾਕੀ ਫਿਰ ਮੌਕੇ ਤੇ ਘੱਟ ਕਰ ਲੈਣਗੇ ਜੀ 1,35,000 ਰੁਪਇਆ ਬਰਾਾਂ ਦੀ ਡਿਮਾਂਡ ਹੈ ਔਰ ਬਾਕੀ ਬਿਰਾਂ ਦਾ ਏਰੀਆ ਜੋ ਬਠਿੰਡਾ ਏਰੀਆ ਦੇ ਵਿੱਚ ਹੈ ਟਰੈਕਟਰ ਖੜਾ ਹੈ ਬਿਰਾਂ ਕੋਲੇ ਬਠਿੰਡਾ ਦੇ ਵਿੱਚ ਬਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੂੰ ਨੋਟ ਕਰਕੇ ਬਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਿਰਾਂ ਤੋਂ ਬਾਕੀ ਜਾਣਕਾਰੀ ਲੈ ਸਕਦਾ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਸਾਰੀ ਹਾਂਜੀ ਵੀਰ ਹੁਣ ਆਪਾਂ ਗੱਲ ਕਰਦੇ ਐਸ਼ਰ ਟਰੈਕਟਰ ਸੇਲ ਵਾਸਤੇ ਹੈ ਐਸ਼ਰ 241 ਐਨਸੀ ਟਰੈਕਟਰ ਸੇਲ ਵਾਸਤੇ ਹੈ ਜੀ 1997 ਮਾਡਲ ਹੈ 1997 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੇ ਅਗਲੇ ਟਾਇਰ ਅਗਲੇ ਟੈਰ ਉਹ ਮੰਗ ਲੈ ਚਾਰੋਂ ਟਾਇਰਾਂ ਦੀ ਸੇਮ ਕੰਡੀਸ਼ਨ ਹੈ 30% ਟਾਇਰ ਨੇ ਚਾਰੋਂ ਟਾਇਰਾਂ ਦੀ ਸੇਮ ਕੰਡੀਸ਼ਨ ਹੈ 30% ਟਾਇਰ ਨੇ ਸੈਲਫ ਸਟਾਰਟ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਪੰਜਾਬ ਨੰਬਰ ਟਰੈਕਟਰ ਹੈ ਕੋਈ ਮੋਡੀਫਿਕੇਸ਼ਨ ਨਹੀਂ ਸਿੰਪਲ ਟਰੈਕਟਰ ਹੈ ਜੀ ਸੈਲਫ ਸਟਾਰਟ ਹੈ ਕਾਗਜ਼ ਪੱਤਰ ਵਗੈਰਾ ਸਾਰੇ ਪੇਪਰ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਸਾਰਾ ਰਿਜੀਨਲ ਟਰੈਕਟਰ ਹੈ ਜੀ ओरिजिनल ਪੇਂਟ ਵਗੈਰਾ ਹੈ ਸਿੰਪਲ ਟਰੈਕਟਰ ਹੈ ਕੋਈ ਮੋਡੀਫਿਕੇਸ਼ਨ ਨਹੀਂ ਜਿਵੇਂ ਸਿੰਪਲ ਟਰੈਕਟਰ ਹੈ ਰੰਗ ਪੇਂਟ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਔਰ ਇੰਜਨ ਗੇਅਰ ਤਾਂ ਬਿਲਕੁਲ ਓਕੇ ਹੈ ਮੌਕੇ ਤੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੀ ਬਿਰੋ ਕੀਮਤ ਉਹ ਜੇਕਰ ਆਪਾਂ ਗੱਲ ਕਰੀਏ ਵੀਰਾਂ ਵੱਲੋਂ ਕੀਮਤ ਰੱਖੀ ਗਈ ਹੈ ਟਰੈਕਟਰ ਦੀ 110000 ਰੁਪਿਆ ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਜੀ 110000 ਰੁਪਿਆ ਵੀਰਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਔਰ ਵੀਰਾਂ ਦਾ ਏਰੀਆ ਜੋ ਗਿੱਦੜਬਹਾ ਏਰੀਆ ਵਿਰਾਂ ਦਾ ਗਿੱਦੜਬਹਾ ਏਰੀਆ ਦੇ ਵਿੱਚ ਇਹ ਟਰੈਕਟਰ ਖੜਾਈ ਵਿਰਾਂ ਕੋਲੇ ਸੇਲ ਵਾਸਤੇ ਔਰ ਜੋ ਬਾਕੀ ਵਿਰਾਂ ਦਾ ਕੰਟੈਕਟ ਨੰਬਰ ਹੈ ਉਹ ਐਸਮੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੂੰ ਨੋਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਮੇਰੇ ਕਿਸੇ ਵੀ ਇਹਨਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਤੋਂ ਬਾਕੀ ਜਾਣਕਾਰੀ ਟਰੈਕਟਰ ਸੰਬੰਧੀ ਪ੍ਰਾਪਤ ਕਰ ਸਕਦਾ ਜੀ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਸਕਰੀਨ ਤੇ ਸ਼ੋਅ ਹੋ ਰਹੀ ਹੈ ਪੰਪ ਵਗੈਰਾ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਚ ਹੈ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਜਨ ਗੱਡੀ ਸੇਲ ਵਾਸਤੇ ਆ ਜੀ 2000 ਮਾਡਲ ਹੈ ਜੀ ਗੱਡੀ ਇਹ ਜਨ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਵਗੈਰਾ ਸਾਫ਼ ਠੀਕ ਕੰਡੀਸ਼ਨ ਦੇ ਵਿੱਚ ਨੇ ਗੱਡੀ ਦੇ ਔਰ ਇੰਜਨ ਦੀ ਬਿਲਕੁਲ ਓਕੇ ਹੈ ਜੀ ਇੰਜਨ ਵਗੈਰਾ ਦੀ ਗੱਡੀ ਬਿਲਕੁਲ ਓਕੇ ਹੈ ਵਧੀਆ ਚੱਲਦੀ ਹੈ ਪੇਪਰ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਗੱਡੀ ਦੇ ਏਸੀ ਚਾਲੂ ਕੰਡੀਸ਼ਨ ਦੇ ਵਿੱਚ ਨਹੀਂ ਹੈਗਾ ਏਸੀ ਵਰਕਿੰਗ ਦੇ ਵਿੱਚ ਨਹੀਂ ਹੈਗਾ ਹੀਟਰ ਵਰਕਿੰਗ ਦੇ ਵਿੱਚ ਹੈ ਔਰ ਬਾਕੀ ਅੰਦਰੋਂ ਸੀਟ ਕਵਰ ਮੈਟਿੰਗ ਵਗੈਰਾ ਠੀਕ ਕੰਡੀਸ਼ਨ ਦੇ ਵਿੱਚ ਪਿਆ ਹੈ ਸੀਟ ਕਵਰ ਮੈਟਿੰਗ ਵਗੈਰਾ ਦੀਆਂ ਫੋਟੋਆਂ ਦੇਖ ਸਕਦੇ ਹੋ ਡੈਸ਼ਬੋਰਡ ਵਗੈਰਾ ਦੇ ਦੇਖ ਸਕਦੇ ਹੋ ਸਾਫ਼ ਠੀਕ ਕੰਡੀਸ਼ਨ ਦੇ ਵਿੱਚ ਪਿਆ ਹੈ ਜੀ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਆ ਮੌਕੇ ਤੇ ਖਰੀਦਣੇ ਸਮੇ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਬੈਕ ਸਾਈਡ ਤੋਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਗੱਡੀ ਹੈ ਡਾਕੂਮੈਂਟਸ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਰੰਗ ਪੇਂਟ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਗੱਡੀ ਦਾ ਬਾਕੀ ਵੀਰੋ ਗੱਡੀ ਦੀ ਕੀਮਤ ਦੀ ਗੱਲ ਕਰੀਏ 45000 ਰੁਪਿਆ ਵੀਰਾਂ ਵੱਲੋਂ ਕੀਮਤ ਰੱਖੀ ਗਈ ਹੈ ਗੱਡੀ ਦੀ 45000 ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਬਰਪਾਲ ਪਿੰਡ ਹੈ ਵੀਰਾਂ ਦਾ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਬਰਪਾਲ ਪਿੰਡ ਹੈ ਵੀਰਾਂ ਦਾ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਤੁਹਾਨੂੰ ਓਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਜਿੰਨ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਸੰਬੰਧੀ ਕਿਸੇ ਵੀਰ ਨੂੰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰ ਵੀਰਾਂ ਤੋਂ ਬਾਕੀ ਜਾਣਕਾਰੀ ਲੈ ਸਕਦਾ ਹੈ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ 11 ਫੁੱਟ ਟਰਾਲੀ ਬਾਰੇ 11 ਫੁੱਟ ਟਰਾਲੀ ਸੇਲ ਵਾਸਤੇ ਹੈ ਜੀ 11 ਫੁੱਟ ਲੰਬਾਈ ਦੇ ਵਿੱਚ ਹੈ 6 ਫੁੱਟ ਚੜਾਈ ਦੇ ਵਿੱਚ ਸਾਫ਼ ਠੀਕ ਕੰਡੀਸ਼ਨ ਦੇ ਵਿੱਚ ਹੈ ਜੀ ਟਰਾਲੀ ਜੈਕ ਵਾਲੀ ਟਰਾਲੀ ਹੈ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਮਜ਼ਬੂਤ ਹੈਵੀ ਟਰਾਲੀ ਹੈ ਜੀ ਜੈਕ ਲੱਗਾ ਹੋਇਆ ਟਰਾਲੀ ਨੂੰ ਲਿਫਟ ਪੰਪ ਲੱਗਾ ਹੋਇਆ ਹੈ ਔਰ ਬਾਕੀ 8 ਇੰਚ ਹੀ ਸਭ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਬਾਕੀ ਕੱਲੀ ਟਰਾਲੀ ਸੇਲ ਵਾਸਤੇ ਹੈ ਜੀ ਬਿੱਡ ਵਗੈਰਾ ਨਾਲ ਨਹੀਂ ਹੈਗੇ ਟਰਾਲੀ ਦੇ ਸੇਲ ਵਾਸਤੇ ਕੱਲੀ ਟਰਾਲੀ ਹੈ ਜੈਕ ਕੱਲੀ ਟਰਾਲੀ ਹੈ ਜੈਕ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਡੰਪਰ ਵਗੈਰਾ ਚੱਕ ਕੇ ਦਿਖਾਈ ਹੋਈ ਹੈ ਔਰ 6 ਫੁੱਟ ਚੜਾਈ ਦੇ ਵਿੱਚ ਹੈ ਜੀ 7 ਫੁੱਟ ਲੰਬਾਈ ਦੇ ਵਿੱਚ ਹੈ ਅੰਦਰੋਂ ਚਾਦਰ ਵਗੈਰਾ ਦੀਆਂ ਫੋਟੋਆਂ ਅੱਗੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਚਾਦਰ ਵਗੈਰਾ ਸਾਫ਼ ਕੰਡੀਸ਼ਨ ਚ ਹੈ ਵਧੀਆ ਹਾਲਤ ਦੇ ਵਿੱਚ ਆਦਰ ਪਈ ਹੈ ਬਾਕੀ ਮੌਕੇ ਤੇ ਖਰੀਦਣ ਸਮੇਂ ਹਰ ਇੱਕ ਪ੍ਰਕਾਰ ਨੂੰ ਚੈੱਕ ਕਰਕੇ ਪੂਰੀ ਫੁੱਲ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਕੀਮਤ ਦੀ ਗੱਲ ਕਰੀਏ ਕੀਮਤ ਰੱਖੀ ਗਈ ਹੈ ਟਰਾਲੀ ਦੀ 67000 ਰੁਪਿਆ ਰਾਜਪੁਰਾ ਏਰੀਆ ਵੀਰਾਂ ਦਾ 67000 ਰੁਪਿਆ ਕੀਮਤ ਹੈ ਰਾਜਪੁਰਾ ਏਰੀਆ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਸ ਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰਾਲੀ ਨੂੰ ਖਰੀਦ ਸਕਦੇ ਹੋ ਟਰਾਲੀ ਸੰਬੰਧੀ ਮੇਰੇ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਲੈ ਸਕਦਾ ਹੈ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਮੇਰੇ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਡਾਇਰੈਕਟਰੀਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ نیچے ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਹੈ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮੈਸੇਜ ਤੁਹਾਨੂੰ ਮਿਲਦਾ ਰਹੇ ਜੇਕਰ ਹਾਲ ਤੱਕ ਤੁਸੀਂ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗਾ ਜਿਹਾ ਕਮੈਂਟ ਲਾ ਕੇ ਦਾ ਬਟਨ ਜ਼ਰੂਰ ਛੱਡ ਕੇ ਜਾਓ ਔਰ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਟਰੈਕਟਰ ਯਾਰ ਦੇ ਨਾਲ ਧੰਨਵਾਦ